ਨਾਰੇ ਹੈਦਰੀ। ਇਹ ਹੁਣ ਤੁਹਾਡੇ ਸਾਹਮਣੇ ਦਵਾਰ ਕੌਸਰ ਅਬਾਸ ਕਰਬਲਾਈ ਸਾਹਿਬ, ਉਹ ਖਿਤਾਬ ਫਰਮਾਇਆ ਸਨ। ਇਹਨਾਂ ਤੋਂ ਬਾਅਦ ਬਾਬਾ ਸੈਯਦ ਅਲੀ ਰਜ਼ਾ ਸ਼ਾਹੋਰੀ, ਉਹ ਖਿਤਾਬ ਫਰਮਾਇਆ ਸਨ। ਔਰ ਉਹਨਾਂ ਤੋਂ ਬਾਅਦ ਮੌਲਾਨਾ ਪ੍ਰੋਫੈਸਰ ਆਬਿਦ ਹੁਸੈਨ ਆਬਦੀ ਸਾਹਿਬ, ਉਹ ਖਿਤਾਬ ਫਰਮਾਇਆ ਸਨ। ਔਰ ਉਹਨਾਂ ਤੋਂ ਬਾਅਦ ਮੌਲਾਨਾ ਸੈਯਦ ਸੱਜਾਦ ਹੁਸੈਨ ਸ਼ਿਰਾਜ਼ੀ ਸਾਹਿਬ, ਉਹ ਖਿਤਾਬ ਫਰਮਾਇਆ ਸਨ। ਔਰ ਆਖਿਰ 'ਤੇ ਸੈਯਦ ਮੁਹੰਮਦ ਹੁਸੈਨ ਕੋਟਲਾ ਸੈਯਦਾਂ ਵਾਲੇ ਸ਼ਿਰਾਜ਼ੀ ਸਾਹਿਬ, ਉਹ ਇਮਾਮ ਦਾ ਤਾਬੂਤ ਬਰਾਮਦ ਕਰਿਆ ਸਨ। ਬਵਾਜ ਬੁਲੰਦ ਤਰ ਸਲਾਵਾਤ। ਸੂਰਤ ਫਾਤਿਹਾ ਮਰਹੂਮੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਲਹਮਦੁਲਿਲਾਹ ਮਾਲਿਕ ਯੌਮਿਦ-ਦੀਨ ਇਯਾਕਾ ਨਸਤਾਈਨੁ ਸਿਰਾਤਲ ਮੁਸਤਕੀਮ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਕੁਲ ਹੁਵੱਲਾਹੁ ਅਹਦ ਅੱਲਾਹੁ ਸਮਦ ਕੁਲ ਹੁਵੱਲਾਹੁ ਅਹਦ ਅੱਲਾਹੁ ਸਮਦ ਕੁਲ ਹੁਵੱਲਾਹੁ ਅਹਦ ਅੱਲਾਹੁ ਸਮਦ ਯਾ ਰੱਬੇ ਮੁਹੰਮਦ ਸੁਲੇ ਅਲਾ ਮੁਹੰਮਦ ਵ ਆਲ ਮੁਹੰਮਦ ਯਾ ਅੱਲਾ ਯਾ ਮੁਹੰਮਦ ਯਾ ਅਲੀ ਅਲੈਹਿ ਸਲਾਤੁ ਵਸਲਾਮ ਅਦਕਨੀ ਫੀ ਸਬੀਲਿਲਲਾਹ ਬਿਰਹਮਤ ਕਾ ਯਾ ਅਰਹਮਰ ਰਾਹਿਮੀਨ ਸਲਾਵਾਤ ਬਾਵਾ ਜ਼ੇ ਬੁਲੰਦ। ਬਾਨੀਆਂ ਨੇ ਮਜਾਲਸ ਦੀ ਮਿਹਨਤ ਓ ਕਬੂਲੀਅਤ ਵਾਸਤੇ ਉੱਚੀ ਸਲਾਵਾਤ ਹੋ ਆਪਣੇ ਆਪਣੇ ਬਿਮਾਰਾਂ ਦੀ ਜਲਦ ਸਿਹਤਯਾਬੀ ਵਾਸਤੇ ਦਰੂਦ ਪੜ੍ਹੋ ਖਾਨਦਾਨੇ ਤਤਹੀਰ ਦੀ ਬਾਤ। ਬਾਰਵੇਂ ਆਕਾ ਇਮਾਮੇ ਜ਼ਮਾਨਾ ਹੁਜਤ ਦੇ ਦੌਰਾਨ ਸ਼ਹਿਨਸ਼ਾਹ ਬਾਦਸ਼ਾਹ ਦੀ ਜਲਦ ਆਮਦੋ ਸਲਾਮਤੀ ਵਾਸਤੇ ਸਲਾਵਾਤ ਪੜ੍ਹੋ। ਨਾਰਾਏ ਤਕਬੀਰ। ਖਾਲਿਕ ਹਕੀਕੀ ਦਾ ਨਾਮ ਬੁਲੰਦ ਹੈ, ਆਲਾ ਹੈ, ਮੁਸ਼ਕਲ ਕੁਸ਼ਾ ਦਾ ਖਾਲਿਕ ਹੈ। ਗਵਾਈ ਦਿਓ ਮਖਲੂਕ ਹੋਣ ਦੀ ਕਾਫੀ ਮਿਹਰਬਾਨ ਅਜ਼ਾਦਾਰ ਮੋਮਿਨ ਸਾਦਾਤ ਤਸ਼ਰੀਫ ਫਰਮਾਓ। ਨਾਰਾਏ ਤਕਬੀਰ, ਨਾਰਾਏ ਰਿਸਾਲਾਤ, ਨਾਰਾਏ ਰਿਸਾਲਾਤ, ਨਾਰਾਏ ਹੈਦਰੀ। ਮੌਲਾਏ ਵਿਲਾਇਤ ਪਾਕ ਸਰਕਾਰੇ ਅਮੀਰ ਕਾਇਨਾਤ ਸ਼ਹਿਨ ਸ਼ਾਹ ਨਜਫ ਦਾ ਨਾਂ ਲੈਣਾ ਅਜ਼ੀਮ ਇਬਾਦਤ। ਹੈਦਰੀ ਅਲੀ, ਉਹ ਬੁਲੰਦੀ ਦਾ ਨਾਂ ਹੈ, ਅਲੀ ਉਸ ਹਸਤੀ ਦਾ ਨਾਂ ਹੈ, ਅਲੀ ਹੈ ਕਾਲਜ ਵਾਦਨੀਅਤ ਦਾ ਆਲਾ ਕੁਆਲੀਫਾਈ। ਤਵੱਜੋ ਹੈ, ਸਰਕਾਰ ਦਾ ਨਾਂ ਲੈਣਾ ਖਤਮ ਹੈ ਕੁਰਾਨ ਮਜੀਦ ਪਾਕ ਦਾ ਸਵਾਬ। ਨਾਰਾਏ ਹੈਦਰੀ ਹੁਸੈਨੀਆਤ, ਆਲ ਮੁਹੰਮਦ ਦੇ ਦੁਸ਼ਮਣ ਤੇ ਲਾਨਾ। ਉੱਚੀ ਸਲਵਾਤ ਪੜੋ ਸਰਦਾਰ ਦੀ ਨਾਲ। ਸਲਵਾਤ ਪੜਨ ਨਾਲ 14 ਦਾ ਫਰਮਾਨ ਏ ਗੁਨਾਹ ਮਾਫ ਹੁੰਦੇ। ਉੱਚੀ ਪੜੋ ਸਰ। ਦੁਆ ਕਰਦਾ ਮਾਲਿਕ ਕੌਨੋ ਮਕਾਂ ਬੇਨਿਆਜ਼ ਬਾਦਸ਼ਾਹ ਸ਼ਹਿਨਸ਼ਾਹ, ਤੂੰ ਸਾਡਾ ਇਸ ਅਜ਼ੀਮ ਇਸ ਮੁਕੱਦਸ ਮਕਾਮ 'ਤੇ ਟੁਰਾਇਆ ਇਬਾਦਤ ਹੀ ਸ਼ੁਮਾਰ ਫਰਮਾਏ। ਉਹ ਜਾਗਾਂ, ਉਹ ਨਗਰੀਆਂ, ਉਹ ਵਿਹੜੇ, ਉਹ ਘਰ, ਉਹ ਲੋਕ ਸਦਾ ਵਸਦੇ ਰਹਿਣ, ਸਦਾ ਆਵਾਜ਼ ਰਹੇ ਉਹ ਮਕਾਮ ਜਿਹਨਾਂ ਮਕਾਮਾਂ 'ਤੇ ਮੇਰੇ ਆਕਾ ਹੁਸੈਨ ਬਾਦਸ਼ਾਹ ਸਰਕਾਰ ਦੇ ਪਾਕ ਔਰ ਅਜ਼ੀਮ ਜ਼ਿਕਰ। ਖਾਲਿਕ ਕਾਇਨਾਤ ਤੁਹਾਨੂੰ ਜ਼ਿੰਦਾ ਓ ਸਲਾਮਤ ਰੱਖੇ, ਸਿਵਾਏ ਗਮੇ ਹੁਸੈਨ ਦੇ ਮਾਲਿਕ ਤੁਹਾਨੂੰ ਹੋਰ ਕੋ ਗਮ ਨਸੀਬ ਨਾ ਕਰੇ। ਇਸ ਮਜਲਿਸ ਪਾਕ ਦਾ ਸਵਾਬ ਬਾਨੀਆਂ ਨੇ ਮਜਾਲਿਸ ਦੇ ਜੋ ਮਰਹੂਮੀ ਇਸ ਦੁਨੀਆ ਤੋਂ ਤੁਰ ਗਏ ਉਹਨਾਂ ਦੇ ਨਾਮਾ ਆਮਾਲ 12ਵੇਂ ਸ਼ਹਿਨਸ਼ਾਹ ਦੇ ਹੱਥੋਂ ਮੇਰਾ ਖਾਲਿਕ ਮਾਸ਼ੂਰ ਫਰਮਾਏ। ਇਸ ਸ਼ਹਿਰ ਦੇ ਸਾਦਾਤ ਉਜ਼ਾਮ ਮਵਾਲੀ ਉਮਤੀ ਮਰਹੂਮੀ ਜੋ ਦੁਨੀਆ ਤੋਂ ਤੁਰ ਗਏ, ਮੌਲਾਨਾ ਦੀਆਂ ਕਬਰਾਂ ਅਤੇ ਰਹਿਮਤਾਂ ਦੇ ਨਜ਼ੂਲ ਫਰਮਾਏ। ਉੱਚੀ ਸਲਵਾਤ ਪੜੋ, ਢੇਰ ਬੈਠੇ ਹੋ ਆਸੇ ਪਾਸੋਂ ਨਵੇਂ। ਬੜੀ ਲੰਬੀ ਫਹਿਰਿਸਤ ਹੈ ਮੇਰੇ ਸ਼ਹਿਨਸ਼ਾਹ ਦੇ ਮਦਾ ਖਾਨਾ ਦੀ,
जेड़े दा मैं आया तुहानु रुबाई किसे नहीं सुनाई, जे आखो तो मैं एक रुबाई ना सुना देवा। है दारी मेरे बाद मेरे मोहतरम किबला शाह साहब तशरीफ फरमाए। मैं को जाकरी सीखनी नहीं ते ना मैं को मजमून पकावना है। जितना वक्त है उस वक्त के अंदर खलूस नीयत नाल पाक मुसाफर है शाम सैन की नौकरी दे के ते शाह साहब नू मिंबर पेश करने उजी सलवात पढ़ो सर, क्योंकि हुसैन शाह आजादारी का मरकज है। इंज गल है ना जी, तोड़े हुण सिर हला छोड़ दो मरकज नहीं तो आ तो सही, उची सलवात पढ़ो सरदार दी दा। मेरे मोहतरम रुबाई पढ़न तो पहले दो लफ्ज मैं वाजिब समझे ना ता हजूर नू रुबाई दी समझ आ सी। अगर इजाजत दो तो मैं दो लफ्ज पढ़ लई। शायर बैठा है वखरा ते शायर दे ज़ेहन च दो तखयल सामने आए, तवज्जो सिर हले सो तुहाडी अपनी मर्जी, अगर बुले सो फिर तुहाडी अपनी मर्जी। शायर दा ज़ेहन गया चौदहवीं रात दे चंद दे पासे, अपने आप नू सोच के आता है कि चौदहवीं रात दा चंद, तवज्जो मैं तेरे चौदहवीं रात दा चंद चौदह दी रात सतारे च बहुत सोहना लगता है। बिस्मिल्लाह, चौदहवीं रात का चंद, तवज्जो है मेरे मोहतरम, चौदह दी रात सतारे च बहुत सोहना लगता है। वत शायर दी निगाह गई मेरे आका हुसैन बादशाह शहनशाह दी पाक मिजार दे पासे, तवज्जो वत शायर आ जाए कि चौदहवीं रात का चंद चौदह दी रात सोहना लगता हो सी, तवज्जो पहले आ जाए कि सोहना लगता है, वाता दे सोहना लगता हो सी। शायर अपने आप को आ जाए जिमें हुसैन दी जरी सवार सोहनी लगती है, इन चौदहवीं रात का चंद नहीं लगता। बिस्मिल्लाह, हुण एक सलवात पढ़ो मैं रुबाई पढ़ा। उसले मेरे मोहतरम शहरादा सजता है जैसे चांद सितारों के साथ साथ, जिन्हा समझ आवे वो बंदा करबलाई नाल बोले, ते जिस बंदे समझ ना आवे मेरे मोहतरम फिर उस बंदे की मजबूरी उस नहीं बोलना। सजता है जैसे चांद सितारों के साथ साथ, है यूं मलक हरम में मिजारों के साथ साथ, शरादय होता है करबला में मुनव्वर जो दाखला, होंदा क्या है जन्नत भी घूमती है जवारों के साथ साथ। हैदरी उची सलवाद पढ़ सरदार दीदार। जेन बुलंद करो, मैं हजूर नू हुसैनियत दा मेहराज कराए। ये भी याद रख फरिश्तों की सजदा गाह है चेहरा हुसैन का, तवज्जो है मेरे मोहतरम, फरिश्तों की सजदा गाह है चेहरा हुसैन का, कहने लगा शैतान से खालिक हुसैन का, आवाज पयादी निकल जा मेरे दरबार से सारी इबादतें लेकर, मेरे लिए तो काफी है सजदा हुसैन का। सलवाद पढ़ो सर। बस फजाइल की ड्यूटी मुकम्मल। अपने वक्त के अंदर मजलूम की मसायब की नौकरी शुरू करना, मैं खुतबा नहीं पढ़ना, कोई तूल तकरीर नहीं करनी। मकसद है मोमिन दा मोमिन गरीब दे घर च आवे, जाकिर गरीब दा आके दसे तस्सा कुठाए अकल्ला कुठाए। मैं बिस्मिल्ला करा, मिंबर देवार इस मिंबर पाक ते मौजूद है, तस्सा कुठाए है कि मैं वैन कर सा सरकार को मिंबर दे सा, तस्सा कुठाए अकल्ला कुठाए
ਸੱਤਰ ਕਦਮ ਤੇ ਤਰਾਏ ਭੈੜਾ ਕੁਰਾਨ ਚਾ ਕੇ ਆ ਦੇ ਰਹੀ ਨਮਾਰ ਸਾਡਾ ਰਿਹਾ ਹੀ ਕੋਈ ਨਹੀਂ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ, ਮੈਂ ਸੱਤਰ ਕਦਮਾਂ ਤੇ ਭੈਣਾ, ਸੱਤਾ ਕਦਮਾਂ ਤੇ ਗਰੀਬ ਦੀ, ਚਾਰ ਸਾਹਿਬ ਦੀ, ਸ਼ਹਿਜ਼ਾਦੀ ਆਪਣੇ ਦੌਰ ਦੀ ਬਤੂ ਜਨਾਬੇ ਸਕੀਨਾ ਤਾਰੀਫ ਦੱਸੀ ਦੀ ਕਿ ਜਿਹੜੇ ਸੱਤਵੀਂ ਜ਼ਰਬ ਚਲੀ ਨਾ ਹੁਸੈਨ ਸ਼ਾਹ ਨੇ, ਉਹ ਉਬਾਲੇ ਕਦਮ ਚਾ ਕੇ ਆਪਣੇ ਦੌਰ ਦੀ ਬਤੂਲ ਕਾਤਿਲ ਦੇ ਖੰਜਰ ਵਿੱਚ ਹੱਥ ਪਾਇਆ ਇਸ ਸ਼ਿਮਰ ਦੇ ਪਾਸੇ ਮੂੰਹ ਕਰਕੇ ਆਦੀਏ ਮੇਰੇ ਬਾਬੇ ਦੇ ਕੋਹੜ ਤੋਂ ਪਹਿਲੇ ਮੈਨ ਕੋ ਮੈਂ ਜੀਦਿਆ ਯਤੀਮ ਨਾ ਕਰ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ। ਮੁਹਰੇ ਖਿਆਲ ਮੁਹੰਮਦ ਦੇ ਜੁਮਲੇ ਯਾਦ, ਉਹ ਫਰਮਾਇਦਾ ਦੁਨੀਆ ਵਾਲੋ ਅੱਲਾਹ ਦੇ ਦੀਨ ਪਿੱਛੇ ਇੰਜ ਕਿਸੇ ਨਬੀ ਦੇ ਪੁੱਤਰ ਨਹੀਂ ਰੁੱਲੇ ਜਿਵੇਂ ਅਲੀ ਦੀਆਂ ਸ਼ਰੀਫ ਮਿਜ਼ਾਜ ਧੀਆਂ ਰੁੱਲ ਗਈਆਂ। ਮੈਂ ਬਿਸਮਿਲ੍ਲਾ। 28 ਰਜਬ ਦੀ ਗੁੜਦੀ ਡੀਗਿਰ ਬਿਰਾਵਾਂ ਨਾਲ ਤਰਾਏ ਭੈਣਾਂ ਮਦੀਨੇ ਚ ਤੁਰ ਪਈਆਂ। ਮੇਰੇ ਬਾਅਦ ਪੜ੍ਹਿਆ ਲਿਖਿਆ ਆਲੇ ਮਿੰਬਰ ਤੇ ਤਸ਼ਰੀਫ ਫਰਮਾਏ, 8 ਜ਼ਿਲਹਜ ਨੂੰ ਬੱਧੋ ਇਰਾਮ ਤਰੋੜ ਕੇ ਤਾਰੀਖ ਦੱਸੀ ਦੀਏ 2 ਮੁਹਰਮ ਨੂੰ ਸ਼ਬੀਰ ਭੈਣ ਸਮੇਤ ਕਰਬਲਾ ਦੀ ਜ਼ਮੀਨ ਨੂੰ ਜ਼ੀਨਤ ਬਖਸ਼ੀ। 7ਵੀਂ ਦੀ ਦੀਗਿਰ ਪਾਣੀ ਬੰਦ, 9ਵੀਂ ਦੀ ਦਿਓ ਚੜਿਆ ਸ਼ਹਾਦਤ ਸ਼ੁਰੂ ਹੋ ਗਈ। ਫਿਰਾ ਕਰਬਲਾ ਕਿਬਲਾ ਮਾਰੇ ਗਏ ਭੈਣ, ਕਰਬਲਾ ਤੂੰ ਕੂਫਾ, ਕੂਫਾ ਤੂੰ ਸ਼ਾਮ, ਸ਼ਾਮ ਤੂੰ ਵੱਧ ਮਦੀਨੇ, ਵੱਧ ਸ਼ਾਮ ਰੁਲ ਕੇ ਮਰ ਗਈ। ਮੈਂ ਬਿਸਮਿਲ੍ਲਾ ਕਰਾਂ। ਦੀਗਿਰ ਦਾ ਵੇਲਾ ਹੈ, ਤਰਾਏ ਭੈਣਾਂ ਫਿਰਾ ਦੀ ਲਾਸ਼ ਤੇ ਆਈਆਂ ਖਲੀਆਂ, ਪੱਥਰਾਂ ਦਾ ਢੇਰ, ਹੱਥ ਪਾ ਬੰਦੇ ਨੂੰ ਤੇਰੀ ਜਿਵੇਂ ਮਰਜ਼ੀ ਆਵੇ ਤੂੰ ਇੰਨੇ ਸੋਣ। ਮੇਰੀ ਵੱਡੀ ਆਕਜ਼ਾਦੀ ਜਨਾਬੇ ਜ਼ੈਨਬੇ ਖਾਤੂਨ ਪਾਕ ਜਨਾਬੇ ਕਲਸੂਮ ਨੂੰ ਪਈ ਫਰਮਾਈਂਦੀ ਹੈ, ਵੇਦੀ ਪਈਆਂ ਏ ਲੱਥਾਂ ਏ ਥਾਈਆਂ। ਮੈਂ ਬਿਸਮਿਲ੍ਲਾ ਕਰਾਂ। ਲਾਸ਼ ਬਰਾਮਦ ਹੋਈ, ਮੇਰੀ ਆਕਜ਼ਾਦੀ ਫਿਰਾ ਦੀ ਲਾਸ਼ ਨੂੰ ਗੱਲ ਨਾਲ ਲਾਇਆ, ਰੋ ਰੋ ਕੇ ਪਈ ਫਰਮਾਈਂਦੀ ਹੈ, ਵੇ ਵੀਰ ਤੇਰੇ ਇੱਕ ਇੱਕ ਗੁਲ ਦਾ ਮੁੱਲ ਪੈਸੇ ਜਿਹੜੇ ਹੋ ਸਨ ਇਸ ਦੁਨੀਆਂ ਤੇ, ਤੇਰੇ ਬਾਗ ਦਬਾਏ ਅਰਮਾਨ ਕਰੇ ਸਿੰਨ ਜਦਬਾ ਸਿੰਨ ਠੱਡੀ ਛਾਂ ਤੇ, ਲੋਕਿਆ ਦੇ ਵੀਰ ਤੇਰਾ ਇੰਜ ਪੌਸ਼ਾਕ ਪੁਰਾਣੀ ਮੰਗਣਾ, ਰਾਸੀ ਲਿਖਿਆ ਭੈਣ ਦੇ ਹਾਂ ਤੇ, ਤੇਰੀ ਮੌਤ ਨੇ ਇੰਜ ਬਰਬਾਦ ਕੀਤਾ ਵੰਜ ਮਰਸਾ ਸ਼ਾਮ ਦੇ ਰਾਹ ਤੇ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ। ਆਪਣੀ ਮਰਜ਼ੀ ਨਾਲ ਮੁਖਤਰਾ ਤੇ ਇਸਮਤ ਦੀਆਂ ਅਜ਼ੀਮ ਸ਼ਦਾ ਦੀਆਂ ਫਿਰਾਵਾਂ ਦੀਆਂ ਲਾਸ਼ਾਂ ਤੂੰ ਨਹੀਂ ਉੱਠੀਆਂ ਜੀ। ਮੈਂ ਬਿਸਮਿਲ੍ਲਾ ਕਰਾਂ। ਸੈਯਦੇ ਮਨਜ਼ੂਰੀ ਵਾਲਾ ਆਜ਼ਾਦਾਰ ਏ, ਆਪਣੀ ਮਰਜ਼ੀ ਨਾਲ ਅਲੀ ਆਕਾ ਦੀਆਂ ਅਜ਼ੀਮ ਸ਼ਦਾ ਦੀਆਂ ਫਿਰਾਵਾਂ ਦੀਆਂ ਲਾਸ਼ਾਂ ਤੂੰ ਨਹੀਂ ਉੱਠੀਆਂ। ਜੁਮਲਾ ਮੈਨੂੰ ਇੱਕ ਹੋਰ ਬਜ਼ੁਰਗ ਦਾ ਯਾਦ ਆ ਗਏ, ਸੁਲਤਾਨ ਉਲ ਆਖਰੀਨ ਬਾਬਾ ਅਹਿਮਦ ਬਖਸ਼ ਫੱਟੀ ਮਰਹੂਮ, ਇਹ ਲਫ਼ਜ਼ ਸੁਣਾ ਦੇ ਨਾ ਸਭ ਬਜ਼ੁਰਗਾਂ ਤੂੰ ਸੁਣੇ। ਉਹ ਫਰਮਾਉਂਦੇ ਹਨ, ਨਾ ਆਪਣੀ ਮਰਜ਼ੀ ਨਾਲ ਫਿਰਾਵਾਂ ਦੀਆਂ ਲਾਸ਼ਾਂ ਤੇ ਆਈਆਂ, ਨਾ ਆਪਣੀ ਮਰਜ਼ੀ ਨਾਲ ਮਹਬਲਾ ਤੂੰ ਲੱਥੀਆਂ, ਨਾ ਆਪਣੀ ਮਰਜ਼ੀ ਨਾਲ ਫਿਰਾਵਾਂ ਦੀਆਂ ਲਾਸ਼ਾਂ ਤੇ ਰੁਣੀਆਂ। ਉਹ ਰੋ ਕੇ ਫਰਮਾਉਂਦੇ ਹਨ, ਦੁਨੀਆ ਵਾਲੋ ਤੇ ਨਾ ਆਪਣੀ ਮਰਜ਼ੀ ਨਾਲ ਅਲੀ ਦੀਆਂ ਧੀਆਂ ਫਿਰਾਵਾਂ ਦੀਆਂ ਲਾਸ਼ਾਂ ਤੂੰ ਉੱਠੀਆਂ। ਰੋ ਰੋ ਕੇ ਫਰਮਾਉਂਦੇ ਹਨ, ਉੱਠੀਆਂ ਉਸ ਵੇਲੇ ਜਦਾਂ ਪੌਸ਼ਾਕਾਂ ਦੇ ਰੰਗ ਤਬਦੀਲ ਹੋ ਗਿਆ। ਮੈਂ ਬਿਸਮਿਲ੍ਲਾ ਕਰਾਂ। ਸੋਹਣੀ ਮਨਜ਼ੂਰੀ ਪੈਦੀ ਦੀ ਅਲੀ ਦੀ ਅਜ਼ੀਮ ਸ਼ਜ਼ਾ ਦੀ, ਕਰਬਲਾ ਤੂੰ ਕੂਫਾ 45 ਮੀਲ, ਕੂਫਾ ਤੂੰ ਸ਼ਾਮ 1680 ਮੀਲ ਦੀ ਮੰਜ਼ਲ, ਸ਼ਾਮ ਦੇ ਬਾਹਰ ਹੁਕਮ ਮਿਲਿਆ ਕੈਦੀ ਅਜਾ ਸਾਡੇ ਬਾਜ਼ਾਰ ਨਹੀਂ ਸੱਜੇ, ਅਜਾ ਦਰਬਾਰ ਨਹੀਂ ਸੱਜੇ। ਮੇਰੇ ਆਕਾ ਜਨਾਬ ਸੱਜਾਦ ਸ਼ਹਿਨਸ਼ਾਹ ਨੇ ਹੁਕਮ ਸੁਣਿਆ ਹੈ, ਸ਼ਬੀਰ ਆਕਾ ਦੀ ਪੱਗ ਦੇ ਵਾਰਿਸ ਜਨਾਬ ਸੱਜਾਦ ਦੀ ਰਤ ਵਧੀਏ, ਮੋਹਰੀ ਮਾਮਲ ਤੂੰ ਅਲੀ ਦੀ ਧੀ ਦੀ ਹਕਲ ਆਈਏ, ਰੋ ਕੇ ਆਦੀਏ ਮੁੱਕੀ ਮੰਜ਼ਲ ਤੇ ਰਤ ਨਾ ਰੋ, ਮੇਰਾ ਤਾਂ ਰਿਹਾ ਹੀ ਕੋਈ ਨਹੀਂ। ਮੈਂ ਬਿਸਮਿਲ੍ਲਾ ਕਰਾਂ।
میرے آقا جناب سجاد پاک عرض کر کے دن پھپھی پیدل ترن دا حکم ہے پھرا تے قاتل دی نگری آئی تے تو او بدول دی دھی جیڑی بابے دے سامنے قرآن ہی نوں پڑھدی میری آقا دی فرمائی دی سجاد بچڑا میں ادھر ویکھ میں کون ہاں جناب سجاد شہنشاہ عرض کر کے دن پھپھی تو علی دی دھی ہے میری آقا دی فرمائی دی سجاد بچڑا ماں بل بہا علی دی دھی لہ دی میں بسم اللہ کروں میں بسم اللہ کراں مرضی نال نہیں لتھی حکم نال لہائی گئی سی آزادی آدی سجا میں لہنیاں ہوں حسین دا واسطے بجلی دا خیال نہ کر آواز آیا تو رات نہ رو میرے بھرا دی پاگ دا وارے سے بسم اللہ آواز آیا سجاد میں پھر ویکھ میں کاڑا آواز آیا تو علی دی دھیے میری آقا لادی فرمائی دی سجاد میں لہنیا میں ٹر دیا تائی تا میں عرض کر کے پیادا نہیں آپ لتھی او خاتون دی تھی ایک حکم دینا لہائی گئی کہیں راوی لکھ گئے آئے وہ ترائے دی پورے او بی بی شام دے بائے ٹھہرائی گئی آوالا نائتا حکم اٹھے لہ پئی علی دی دھی ٹر پئی کمینی عورتاں مکاناں دیا چھتاں تے پتھر مار کے آ لیا جیڑی نہیں پئی ٹر سکدی باغے بڑے بھڑے علی دی دھی آسمان دے پاسے ڈٹھا آئے دعا دے لفظ لگر تے سن لیا تو بستر تے روسے رو رو کے پیا دیے آئے